ਸਕੂਲ ਦਾ ਪਹਿਲਾ ਦਿਨ ਬੱਚਿਆਂ ਲਈ ਬਣਿਆ ਜ਼ਿੰਦਗੀ ਦਾ ਆਖਰੀ ਦਿਨ। ਪੜ੍ਹਨ ਲਿਖਣ ਦੀ ਚਾਹਨਾ ਲੈ ਕੇ ਸਕੂਲ ਗਏ ਬੱਚਿਆਂ 'ਤੇ ਟੁੱਟਿਆ ਮੌਤ ਦਾ ਕਹਿਰ। ਇੱਕੋ ਦਿਨ ਵਿੱਚ ਹੋਈਆਂ 27 ਮਾਸੂਮ ਬੱਚਿਆਂ ਦੀਆਂ ਮੌਤਾਂ। ਦਿਲ ਦਹਿਲਾ ਦੇਣ ਵਾਲਾ ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿੱਚ ਵਾਪਰਿਆ, ਜਿੱਥੇ ਇੱਕ ਨਿੱਜੀ ਸਕੂਲ ਰਾਮ ਸਿੰਘ ਪਠਾਨੀਆ ਮੈਮੋਰੀਅਲ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ 500 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ, ਜਿਸ ਦੇ ਕਾਰਨ 27 ਬੱਚਿਆਂ ਸਣੇ 30 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਬੱਸ ਵਿੱਚ 35 ਬੱਚਿਆਂ ਸਣੇ 45 ਜਣੇ ਸਵਾਰ ਸਨ। ਮਾਰੇ ਗਏ ਬੱਚੇ ਨਰਸਰੀ ਤੇ 5ਵੀਂ ਜਮਾਤ ਦੇ ਸਨ, ਜਿਨ੍ਹਾਂ ਦੀ ਉਮਰ 10 ਸਾਲ ਤੋਂ ਵੀ ਘੱਟ ਸੀ। ਘਟਨਾ ਤੋਂ ਬਾਅਦ ਜ਼ਖਮੀ ਬੱਚਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਧਰ ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮੈਂ ਨੂਰਪੁਰ ਕਿਸੇ ਆਪਣੇ ਟ੍ਰੀਟਮੈਂਟ ਵਾਸਤੇ ਆ ਰਿਹਾ ਸੀ। ਰਸਤੇ 'ਚ ਮੇਰੀ ਬੇਟੀ ਦਾ ਫੋਨ ਆਇਆ ਕਿ ਐਸੇ ਐਸੇ ਕਰਕੇ ਬੋਇਆ ਜੀ ਦਾ ਫੋਨ ਆਇਆ ਕਿ ਬੱਸ ਬੱਚੋਂ ਕੀ ਬੱਸ ਜੋ ਹੈ ਉਹ ਐਕਸੀਡੈਂਟ ਹੋ ਗਿਆ, ਫਟਾਫਟ ਜਾ ਕੇ ਮੌਕੇ 'ਤੇ ਪਹੁੰਚੋ। ਤੋ ਥੋੜ੍ਹੀ ਦੇਰ ਕੇ ਬਾਅਦ ਜਾ ਕੇ ਮੈਨੇ ਫਿਰ ਫੋਨ ਕੀਆ ਤੋ ਇਹ ਮੇਰੀ ਸਿਸਟਰ ਵਹਾਂ ਪੇ ਬੈਠੀ ਹੋਈ ਥੀ, ਇਸਨੇ ਬੋਲਾ ਕਿ ਯਹਾਂ ਪੇ ਮੇਰੇ ਕੋ ਬਾਦਲ ਨਹੀਂ ਮਿਲ ਰਿਹਾ। ਤੋ ਮੈਂ ਫਿਰ ਦੁਬਾਰਾ ਮੈਨੇ ਬੋਲਾ ਕਿ ਆਪ ਯਹੀਂ ਰੁਕੋ, ਮੈਂ ਹੋਸਪਿਟਲ ਜਾ ਕੇ ਪਤਾ ਕਰਤਾ ਹੂੰ। ਮੈਂ ਜਬ ਹੋਸਪਿਟਲ ਗਿਆ ਵਹਾਂ ਪੇ ਮੇਰੇ ਕੋ ਨਹੀਂ ਮਿਲਾ। ਥੋੜ੍ਹੀ ਦੇਰ ਬਾਅਦ ਇਨਕਾ ਫੋਨ ਆਇਆ ਕਿ ਮਿਲ ਗਿਆ, ਲੇਕਿਨ ਉਸਕੀ ਹਾਲਤ ਬਹੁਤ ਖਰਾਬ ਹੈ, ਹਮ ਲੋਕ ਆ ਰਹੇ ਹੈ ਲੈ ਕੇ। ਕਿਤਨੇ ਬੱਚੋਂ ਕੀ ਡੈਥ ਹੋਈ? ਜੈਸੇ ਹੀ ਨੂਰਪੁਰ ਪਹੁੰਚੇ ਤੋ ਹਮਨੇ ਬੋਲਾ ਕਿ ਹਮਨੇ ਨੂਰਪੁਰ ਹੋਸਪਿਟਲ ਮੇਂ ਐਂਟਰ ਨਹੀਂ ਕਰਨਾ, ਇਸਕੋ ਹਮਨੇ ਪਠਾਨਕੋਟ ਲੈ ਕੇ ਜਾਣਾ ਹੈ। ਤੋ ਅਮਨਦੀਪ ਹੋਸਪਿਟਲ ਮੈਂ ਅਭੀ ਲੈ ਕੇ ਆਇਆ ਤੋ ਯਹਾਂ ਆਤੀ ਵੋ ਡੈਥ ਹੋ ਸਕਤੀ ਹੈ। ਕਿਤਨੇ ਬੱਚੋਂ ਖਤਮ ਹੋ ਗਿਆ? ਮੇਰਾ ਪਾਂਚਾ, ਮੇਰਾ ਪਾਂਚਾ ਖਤਮ ਹੋ ਗਿਆ। ਖਤਮ ਹੋ ਕਬ? ਹੁਣ ਆਧਾ ਘੰਟਾ ਹੋ ਗਿਆ। ਕਿਤਨੇ ਬੱਚੋਂ ਕੀ ਡੈਥ ਹੋਈ ਹੈ? ਜਾਂ ਪੇ 3 ਬੱਚੋਂ ਕੀ ਹੋ? ਤੋ ਪਿੱਛੇ ਪਿੱਛੇ ਨੂਰਪੁਰ ਮੈਂ ਤੋ 25-26 ਬੱਚੇ ਕੀ ਡੈਥ ਹੋ ਚੁੱਕੀ ਹੈ ਅਜੇ ਤੱਕ। ਦਰਦਨਾਕ ਘਟਨਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਨੇ। ਇਸ ਤੋਂ ਇਲਾਵਾ ਉਹਨਾਂ ਮ੍ਰਿਤਕ ਬੱਚਿਆਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਬਸ ਕਾਫੀ ਨੀਚੇ ਗਿਰੀ ਹੈ ਔਰ ਅਭੀ ਮੈਨੇ ਬਾਤ ਕੀ ਆਪਣੇ ਚੀਫ ਸੈਕਰੇਟਰੀ ਡੀ ਜੀ ਸੇ ਬਾਤ ਕੀ, ਡਿਪਟੀ ਕਮਿਸ਼ਨਰ ਸੇ ਵੀ ਬਾਤ ਕੀ ਔਰ ਐਨ ਡੀ ਆਰ ਐਫ ਕੇ ਲਿਏ ਹਮਨੇ ਤੁਰੰਤ ਕਹਿ ਦਿਆ ਥਾ ਕਿ ਵੀ ਵਹਾਂ ਕਿਉਂਕਿ ਪਠਾਨਕੋਟ ਕੇ ਪਾਸ ਨਜ਼ਦੀਕ ਪੜਤਾ ਹੈ, ਵਹਾਂ ਸੇ ਐਨ ਡੀ ਆਰ ਐਫ ਕੀ ਟੀਮ ਵਹਾਂ ਪਰ ਆ ਗਈ ਹੈ। ਲੋਕਲ ਵਹਾਂ ਪਰ ਪੁਲਿਸ ਔਰ ਉਸ ਸਥਾਨੀ ਲੋਗੋਂ ਕੇ ਸਹਿਯੋਗ ਸੇ ਰੈਸਕਿਊ ਆਪਰੇਸ਼ਨ ਤੋ ਚੱਲ ਰਹਾ ਹੈ, ਲੇਕਿਨ ਇਸ ਘਟਨਾ ਮੈਂ ਬਹੁਤ ਸਾਰੇ ਬੱਚੋਂ ਕੀ ਜਾਨ ਚਲੇ ਗਈ ਹੈ। ਇਹ ਸੱਚਮੁੱਚ ਮੇਂ ਹਮਾਰੇ ਲਈ ਬਹੁਤ ਦੁੱਖ ਕਾ ਵਿਸ਼ੇ ਹੈ ਔਰ ਮੈਂ ਉਨ ਸਭੀ ਪਰਿਵਾਰੋਂ ਕੋ ਜੋ ਜਿਨਕੇ ਪਰਿਵਾਰ ਮੇਂ ਉਨਕਾ ਬੱਚਾ ਚਲਾ ਗਿਆ ਇਸ ਦੁਃਖਦ ਘਟਨਾ ਪਰ ਸੰਵੇਦਨਾ ਪ੍ਰਗਟ ਕਰਤਾ ਹੂੰ ਉਨਕੇ ਪ੍ਰਤੀ, ਉਨਕੇ ਪਰਿਵਾਰ ਕੋ ਈਸ਼ਵਰ ਸ਼ਕਤੀ ਦੇ ਔਰ ਸਰਕਾਰ ਕੀ ਓਰ ਸੇ ਮੈਂ ਇਸ ਬਾਤ ਕੋ ਸੁਨਿਸ਼ਚਿਤ ਕਰਤਾ ਹੂੰ ਕਿ ਸਾਰੇ ਮਾਮਲੇ ਕੀ ਜੋ ਹੈ ਵੋ ਮੈਜਿਸਟ੍ਰੇਟ ਜਾਂਚ ਕੇ ਆਦੇਸ਼ ਹਮਨੇ ਕਰ ਦੀਏ ਹੈ। ਚੀਫ ਸੈਕਰੇਟਰੀ ਕੋ ਮੈਨੇ ਕਹਿ ਦਿਆ ਕਿ ਤੁਰੰਤ ਜੋ ਇਸਕੇ ਆਦੇਸ਼ ਜਾਰੀ ਕਰੇ ਇਸਕੇ ਤਾਂ ਕਿ ਇਸਕੀ ਜਾਂਚ ਵੀ ਸਾਥ ਸਾਥ ਮੈਂ ਹੋ ਸਕੇ। ਇਲਾਕਾ ਨਿਵਾਸੀ ਇਸ ਪੂਰੀ ਘਟਨਾ ਪਿੱਛੇ ਸਥਾਨਕ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਨੇ, ਕਿਉਂਕਿ ਜਿਸ ਸਥਾਨ ਤੇ ਘਟਨਾ ਵਾਪਰੀ ਉੱਥੇ ਸੜਕ ਦੇ ਕਿਨਾਰੇ ਕਾਫੀ ਡੂੰਘੀ ਖੱਡ ਹੋਣ ਦੇ ਬਾਵਜੂਦ ਵੀ ਕੋਈ ਰੇਲਿੰਗ ਨਹੀਂ ਲਾਈ ਗਈ ਸੀ, ਜਿਸ ਕਾਰਨ ਬੱਸ ਸਿੱਧੀ ਖੱਡ ਵਿੱਚ ਜਾ ਡਿੱਗੀ। ਭਾਵੇਂ ਇਸ ਘਟਨਾ ਪਿੱਛੇ ਸਰਕਾਰ ਦਾ ਕਸੂਰ ਹੋਵੇ ਜਾਂ ਬੱਸ ਚਾਲਕ ਦਾ, ਪਰ ਇੰਨਾ ਜ਼ਰੂਰ ਹੈ ਕਿ ਜਿਨ੍ਹਾਂ ਮਾਪਿਆਂ ਦੇ ਬੱਚੇ ਜਹਾਨੋਂ ਤੁਰ ਗਏ
ਉਹਨਾਂ ਦੇ ਸੀਨਿਆਂ ਨੂੰ ਇਹ ਜ਼ਖਮ ਹਮੇਸ਼ਾ ਲਈ ਨਾਸੂਰ ਬਣ ਕੇ ਚਿੰਬੜ ਗਿਆ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।